بسم اللہ الرحمن الرحیم دوستو اج تاڈا ਵਸ ਤੁਹਾਡਾ ਭਾਈ ਮਾਜ਼ੂਲਾ ਰੈਂ ਟ੍ਰੈਕਟਰ YouTube ਚੈਨਲ ਤੇ ਲੈ ਕੇ ਆਇਆ ਜੀ ਆਊਟ ਕਲਾਸ ਟ੍ਰੈਕਟਰ ਹੈ ਜੀ ਸਾਫ਼ ਸੁਥਰਾ ਵਾ MF 260 ਟਰਬੋ ਤੇ 2010 ਮਾਡਲ ਟ੍ਰੈਕਟਰ ਹੈ ਜੀ ਪਿਛਲੇ ਟਾਇਰ ਚੰਗੇ ਪਏ ਆ ਠੀਕ ਹੋ ਗਿਆ ਉਸ ਤੋਂ ਬਾਅਦ ਮਾਲਕ ਕਹਿੰਦੇ 13 ਨੇ ਰੰਗ ਉੱਤੇ ਪਿਆ ਟ੍ਰੈਕਟਰ ਦਾ ਸਾਰਾ ਠੀਕ ਹੋ ਗਿਆ ਤੇ ਉਸ ਤੋਂ ਬਾਅਦ ਫਰੰਟ ਤੇ ਬੰਪਰ ਲੱਗਾ ਪਿੱਛੇ ਹੁੱਕ ਲੱਗੀ ਹੋਈ ਆ ਟ੍ਰੈਕਟਰ ਦੇ ਬਿਲਕੁਲ ਸਾਫ਼ ਸੁਥਰਾ ਤੇ ਆਊਟ ਕਲਾਸ ਟ੍ਰੈਕਟਰ ਹੈ ਜੀ ਤਸਵੀਰਾਂ ਜਿਹੜੀਆਂ ਉਹ ਰਾਤ ਦੀਆਂ ਖਿੱਚੀਆਂ ਹੋਈਆਂ ਵਾ ਤੁਸੀਂ مالکان ਨਾਲ رابطہ ਕਰਕੇ رابطہ نمبر ਤੁਹਾਨੂੰ ਦੇ ਦੂੰਗਾ رابطہ ਕਰਕੇ تسلی ਨਾਲ ਤਸਵੀਰਾਂ ਖਿੱਚਾ ਕੇ ਤੇ ਫਿਰ ਤੁਸੀਂ ਉਹਨਾਂ ਨਾਲ رابطہ ਕਰਕੇ ਲੈਣਾ ਵਾ ਟਰੈਕਟਰ ਜੀ ਆਪਣੀ تسਲੀ ਕਰਨੀ ਆ ਸਾਡੀ ਕੋਈ ਗਾਰੰਟੀ ਨਹੀਂ ਕਿਸੇ ਟਰੈਕਟਰ ਦੇ ਬਾਰੇ ਵਿੱਚ ਤੇ ਇਹ ਚਲਦੇ ਹਾਂ ਜੀ ਹੁਣ ਟਰੈਕਟਰ ਦਾ ਰਿਵਿਊ ਕਰਦੇ ਆ ਤੇ ਇਹ ਵਾ ਜੀ ਟਰੈਕਟਰ 2010 ਮਾਡਲ ਆਊਟ ਕਲਾਸ ਆ ਜੀ ਤੇ ਇਹ ਤੁਹਾਡੇ ਸਾਹਮਣੇ ਆ ਜੀ ਟਰੈਕਟਰ ਦੀ ਬੈਕ ਸਾਈਡ ਦੇ ਟਾਇਰ ਮਾਲਕ ਕਹਿੰਦੇ ਆ ਜੀ 14 ਆਣੇ ਆ ਰੰਗ ਉੱਤੇ ਜਿਹੜਾ ਪਿਆ ਉਹ 13 ਨੇ 10 ਦੇ ਪਿਆ ਜੀ ਮਾਲਕ ਉਸ ਤੋਂ ਬਾਅਦ ਹੁੱਕ ਬੰਪਰ ਲੱਗਾ ਹੋਇਆ ਹੈ ਜੀ ਇਹਨੂੰ ਤੇ ਬਾਕੀ ਇਹ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਸਾਰਾ ਤਫਸੀਲ ਦੇ ਨਾਲ ਤਸੱਲੀ ਨਾਲ ਦੇਖ ਲਓ ਜੀ ਟਰੈਕਟਰ ਇਹ ਦੇਖੋ ਜੀ ਇਹ ਇਧਰੋਂ ਦੀ ਸਾਰੀ ਕੰਡੀਸ਼ਨ ਜਨਰੇਟਰ ਜਿਹੜਾ ਦੂਸਰਾ ਲਵਾਇਆ ਹੋਇਆ ਵਾ ਇਹ ਅੱਛੇ ਵਾਲਾ ਜਿਹੜਾ ਬਾਕੀ ਇਹ ਦੇਖੋ ਜੀ ਦੁਬਾਰਾ ਚੇਂਜ ਕਰਵਾਉਣਾ ਪੈਂਦਾ ਹੁੰਦਾ ਜੀ ਬਾਕੀ ਇਹ ਦੇਖੋ ਜੀ ਫਰੰਟ ਦੀ ਤੇ ਇਹ ਉੱਪਰੋਂ ਦੇਖ ਲਓ ਜੀ ਇਹਦੀ ਕੰਡੀਸ਼ਨ ਬਿਲਕੁਲ ਆਊਟ ਕਲਾਸ ਟਰੈਕਟਰ ਹੈ ਜੀ ਇਹ ਦੇਖੋ ਅੱਛਾ ਰੰਗ ਪਿਆ ਜੀ ਹਰ ਪਾਸੇ ਹੀ ਟਰੈਕਟਰ ਦਾ ਇਹ ਵਾਜੀ ਇਹਦੇ ਟਾਇਰਾਂ ਦੀ ਕੰਡੀਸ਼ਨ ਆਨੇ ਵਗੈਰਾ ਤੁਸੀਂ ਹੁਣ ਖੁਦ ਵੀ ਦੇਖ ਲਓ ਤੇ ਬੈਕ ਸਾਈਡ ਦੇ ਰਿੰਮ ਜਿਹੜੇ ਆ ਉਹਨਾਂ ਦੇ ਨਾਲ ਪਲੇਟਾਂ ਵਗੈਰਾ ਰੱਖੀਆਂ ਹੋਈਆਂ ਜੀ ਤੇ ਇਹ ਦੇਖੋ ਜੀ ਇੱਥੋਂ ਦੀ ਸਾਰੀ ਕੰਡੀਸ਼ਨ ਪਿੱਛੇ ਹੁੱਕ ਲੱਗੀ ਹੋਈ ਹੈ ਜੀ ਟਰੈਕਟਰ ਦੇ ਤੇ ਇਹ ਦੇਖੋ ਜੀ ਇਹ ਹੁੱਕ ਅੱਛੀ ਖਾਸੀ ਹੁੱਕ ਵੀ ਲੱਗੀ ਹੋਈ ਹੈ ਜੀ ਤੇ ਟਰੈਕਟਰ ਦੀ ਲੋਕੇਸ਼ਨ ਜਿਹੜੀ ਉਹ ਸ਼ੇਖੂਪੁਰਾ ਦੀ ਹੈ ਲਾਹੌਰ ਦਾ ਟਰੈਕਟਰ ਨੂੰ ਨੰਬਰ ਲੱਗਾ ਹੋਇਆ ਵਾ ਤੇ ਡਿਮਾਂਡ ਮਾਲਕ ਜਿਹੜੇ ਉਹ 9 ਲੱਖ ਤੇ 70 ਹਜ਼ਾਰ ਰੁਪਇਆ ਕਰਦੇ ਪਏ ਆ ਤੇ ਨੰਬਰ ਮਾਲਕਾਂ ਦਾ ਵੀਡੀਓ ਦੇ ਉੱਪਰ ਜਾਂ نیچے ਜਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਕਿਤੇ ਵੀ ਤੁਹਾਨੂੰ ਮਿਲ ਜੂਗਾ ਜੀ ਤੇ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ ਦੋਵਾਂ ਵਿੱਚ ਆਦਰ ਰੱਖਿਓ ਜੀ ਅੱਲਾਹ ਹਾਫਿਜ਼